ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਫਰੈਂਡਸ, ਅੱਜ ਆਪਾਂ ਬਣਾਵਾਂਗੇ ਇੱਕਦਮ ਹੈਲਦੀ ਤੇ ਟੇਸਟੀ ਮੂੰਗ ਦਾਲ ਦਾ ਚਿੱਲਾ, ਜੋ ਕਿ ਵੇਟ ਲਾਸ ਦੇ ਲਈ ਵੀ ਬਹੁਤ ਹੀ ਜ਼ਿਆਦਾ ਹੈਲਪ ਕਰਦਾ ਹੈ ਤੇ ਬਣਾਉਣ ਦੇ ਲਈ ਬਹੁਤ ਹੀ ਜ਼ਿਆਦਾ ਆਸਾਨ ਆ। ਸੋ ਮੂੰਗ ਦਾਲ ਦਾ ਚਿੱਲਾ ਬਣਾਉਣ ਦੇ ਲਈ ਜੋ ਜੋ ਸਮਾਨ ਚਾਹੀਦਾ ਉਹ ਸਮਾਨ ਆਪਾਂ ਸਭ ਤੋਂ ਪਹਿਲਾਂ ਦੇਖ ਲੈਂਦੇ ਆ। ਸੋ ਸਭ ਤੋਂ ਪਹਿਲਾਂ ਮੈਂ ਇੱਕ ਕੌਲੀ ਮੂੰਗ ਦਾਲ ਲਈ ਸੀ, ਉਹਨੂੰ ਮੈਂ 3 ਤੋਂ 4 ਘੰਟੇ ਪਾਣੀ ਦੇ ਵਿੱਚ ਭਿਗੋ ਕੇ ਰੱਖਿਆ ਤੇ ਤੁਸੀਂ ਦੇਖ ਸਕਦੇ ਹੋ ਦਾਲ ਜਿਹੜੀ ਚੰਗੇ ਤਰੀਕੇ ਦੇ ਨਾਲ ਫੁੱਲ ਗਈ ਆ। ਸੋ ਤੁਸੀਂ ਘੱਟ ਤੋਂ ਘੱਟ 2 ਘੰਟੇ ਨੂੰ ਪਾਣੀ ਦੇ ਵਿੱਚ ਜ਼ਰੂਰ ਭਿਗੋ ਕੇ ਰੱਖਣਾ ਆ ਤੇ ਦਾਲ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕਿੰਨੀ ਵੀ ਲੈ ਸਕਦੇ ਹੋ, ਜਿੰਨਾ ਤੁਸੀਂ ਇਹ ਜਿੰਨੇ ਚਿੱਲੇ ਬਣਾਉਣਾ ਚਾਹੁੰਦੇ ਹੋ। ਸੋ ਇਹਦੇ ਵਿੱਚ ਪਾਵਾਂਗੇ ਆਪਾਂ, ਇਹ ਮੈਂ 2 ਮੀਡੀਅਮ ਸਾਈਜ਼ ਦੇ ਆਲੂ ਲਏ ਸੀ, ਇਹਨਾਂ ਨੂੰ ਮੈਂ ਬਿਲਕੁਲ ਬਰੀਕ ਕੱਦੂਕਸ ਕਰ ਲਿਆ, ਬਿਲਕੁਲ ਆਪਸ਼ਨਲ ਆ। ਤੁਸੀਂ ਚਾਹੋ ਤਾਂ ਪਲੇਨ ਚਿੱਲਾ ਵੀ ਬਣਾ ਸਕਦੇ ਹੋ, ਕੱਲੇ ਦਾਲ ਦਾ ਇਹਦੇ ਵਿੱਚ ਨਮਕ ਮਿਰਚ ਪਾ ਕੇ, ਜਾਂ ਜਿਹੜੇ ਵੀ ਮਸਾਲੇ ਪਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣੀ ਮਨਪਸੰਦ ਇਹਦੇ ਵਿੱਚ ਸਬਜ਼ੀਆਂ ਵੀ ਪਾ ਸਕਦੇ ਹੋ। ਸੋ ਆਲੂ ਤਾਂ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦੇ ਆ, ਸੋ ਆਲੂ ਜਿਹੜੇ ਇਸ ਤਰੀਕੇ ਨਾਲ ਮੈਂ ਬਰੀਕ ਕੱਦੂਕਸ ਕਰ ਲਿਆ ਤੇ ਇਹਨਾਂ ਨੂੰ ਪਾਣੀ ਦੇ ਵਿੱਚ ਭਿਗੋ ਕੇ ਰੱਖ ਲਿਆ ਤਾਂ ਕਿ ਆਲੂ ਜਿਹੜੇ ਕਾਲੇ ਨਾ ਪੈਣ। ਸੋ 1 ਮੀਡੀਅਮ ਸਾਈਜ਼ ਦਾ ਮੈਂ ਪਿਆਜ਼ ਲਿਆ ਸੀ, ਪਿਆਜ਼ ਨੂੰ ਮੈਂ ਬਿਲਕੁਲ ਬਰੀਕ ਬਰੀਕ ਕੱਟ ਲਿਆ ਆ। 1 ਮੀਡੀਅਮ ਸਾਈਜ਼ ਦਾ ਟਮਾਟਰ, ਟਮਾਟਰ ਵੀ ਬਰੀਕ ਕੱਟ ਲਿਆ ਤੇ ਇਹਦੇ ਜਿਹੜੇ ਬੀਜ ਆ ਉਹ ਮੈਂ ਅਲੱਗ ਕਰ ਦਿੱਤੇ ਆ, ਬੀਜ ਆਪਾਂ ਇਹਦੇ ਵਿੱਚ ਨਹੀਂ ਪਾਵਾਂਗੇ। ਥੋੜਾ ਜਿਹਾ ਕੱਦੂਕਸ ਕੀਤਾ ਹੋਇਆ ਅਦਰਕ ਪਾਵਾਂਗੇ ਤੇ ਥੋੜੇ ਜਿਹੇ ਆਪਾਂ ਇਹਦੇ ਵਿੱਚ ਪਾਵਾਂਗੇ ਫਰੈਸ਼ ਕੜੀ ਪੱਤੇ। ਕੜੀ ਪੱਤਾ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਹੈ ਤੇ ਇਹਦੇ ਨਾਲ ਟੇਸਟ ਵੀ ਬਹੁਤ ਹੀ ਵਧੀਆ ਆਉਂਦਾ ਆ। ਨਮਕ ਪਾਵਾਂਗੇ ਸਵਾਦ ਦੇ ਹਿਸਾਬ ਨਾਲ, ਹਰੀ ਮਿਰਚ ਵੀ ਪਾਵਾਂਗੇ ਸਵਾਦ ਦੇ ਹਿਸਾਬ ਨਾਲ। ਥੋੜੇ ਜਿਹੇ ਆਪਾਂ ਇਹਦੇ ਵਿੱਚ ਪਾਵਾਂਗੇ ਚਿੱਲੀ ਫਲੇਕਸ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਪੀਜ਼ਾ ਸੀਜ਼ਨਿੰਗ, ਇਹ ਵੀ ਬਿਲਕੁਲ ਆਪਸ਼ਨਲ ਹੈ। ਜੇ ਤੁਹਾਡੇ ਕੋਲ ਇਹ ਨਹੀਂ ਹੈਗੇ ਤਾਂ ਤੁਸੀਂ ਇਹਦੀ ਥਾਂ ਤੇ ਭੁੰਨੇ ਹੋਏ ਜੀਰੇ ਦਾ ਪਾਊਡਰ ਤੇ ਕਾਲੀ ਮਿਰਚ ਵੀ ਪਾ ਸਕਦੇ ਹੋ। ਸੋ ਹੁਣ ਆਪਾਂ ਕੀ ਕਰਾਂਗੇ, ਇਹ ਜਿਹੜੀ ਮੂੰਗ ਦਾਲ ਹੈ ਸਭ ਤੋਂ ਪਹਿਲਾਂ ਇਹਨੂੰ ਆਪਾਂ ਮਿਕਸੀ ਦੇ ਵਿੱਚ ਪੀਸ ਕੇ ਤਿਆਰ ਕਰਨਾ, ਇਹਦਾ ਪੇਸਟ ਬਣਾਵਾਂਗੇ ਆਪਾਂ। ਸੋ ਦਾਲ ਨੂੰ ਪੀਸਣ ਦੇ ਲਈ ਮੈਂ ਮਿਕਸੀ ਦਾ ਜਿਹੜਾ ਮੀਡੀਅਮ ਜਾਰ ਆ ਇਹ ਜਾਰ ਲੈ ਲਿਆ ਆ। ਇਹਦੇ ਵਿੱਚ ਆਪਾਂ ਪਾ ਦਵਾਂਗੇ ਆਪਣੀ ਦਾਲ ਜਿਹੜੀ ਆਪਾਂ ਭਿਗੋ ਕੇ ਰੱਖੀ ਸੀ, ਇਹਦਾ ਪਾਣੀ ਜਿਹੜਾ ਮੈਂ ਅਲੱਗ ਕਰ ਦਿੱਤਾ ਸੀਗਾ। ਸੋ ਇਹਨੂੰ ਪੀਸਦੇ ਟਾਈਮ ਆਪਾਂ ਪਾਣੀ ਨਹੀਂ ਪਾਉਣਾ ਹੈਗਾ, ਜੇ ਤੁਹਾਨੂੰ ਪੀਸਣ ਦੇ ਵਿੱਚ ਪਰੇਸ਼ਾਨੀ ਹੋਵੇ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਸਕਦੇ ਹੋ, 1 ਤੋਂ 2 ਚਮਚ, ਤੇ ਬਿਲਕੁਲ ਫਾਈਨ ਪੇਸਟ ਜਿਹੜਾ ਆਪਾਂ ਦਾਲ ਦਾ ਬਣਾ ਕੇ ਤਿਆਰ ਕਰ ਲਵਾਂਗੇ। ਤੇ ਫਰੈਂਡਸ, ਬਹੁਤ ਹੀ ਜਲਦਾ ਹੈਲਦੀ ਚਿੱਲਾ ਬਣ ਕੇ ਤਿਆਰ ਹੁੰਦਾ ਹੈ। ਜੇ ਤੁਸੀਂ ਇਹਨੂੰ ਹਫ਼ਤਾ ਲਗਾਤਾਰ ਖਾਓਗੇ ਤਾਂ ਤੁਹਾਨੂੰ ਆਪਣੇ ਵੇਟ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਦਿਖੂਗਾ। ਸੋ ਬਹੁਤ ਹੀ ਜਲਦੀ ਇਹ ਵੇਟ ਲਾਸ ਕਰਨ ਦੇ ਵਿੱਚ ਹੈਲਪ ਕਰਦਾ ਹੈ। ਸੋ ਇਹ ਦਾਲ ਜਿਹੜੀ ਹੈ ਹੁਣ ਆਪਾਂ ਇਹਨੂੰ ਪੀਸ ਕੇ ਤਿਆਰ ਕਰ ਲਵਾਂਗੇ। ਦੇਖੋ, ਦਾਲ ਜਿਹੜੀ ਇਹਨੂੰ ਮੈਂ ਪੀਸ ਕੇ ਤਿਆਰ ਕਰ ਲਿਆ ਹੈ, ਤੁਸੀਂ ਦੇਖ ਸਕਦੇ ਹੋ ਇਹਦਾ ਪੇਸਟ ਜਿਹੜਾ ਇਸ ਤਰੀਕੇ ਨਾਲ ਫਾਈਨ ਪੇਸਟ ਹੋਣਾ ਚਾਹੀਦਾ ਹੈ। ਸੋ ਦਾਲ ਨੂੰ ਪੀਸਦੇ ਟਾਈਮ ਇਹਦੇ ਵਿੱਚ ਮੈਂ 2 ਤੋਂ 3 ਛੋਟੇ ਚਮਚ ਜਿਹੜਾ ਪਾਣੀ ਪਾਇਆ ਸੀ, ਨਹੀਂ ਤਾਂ ਦਾਲ ਜਿਹੜੀ ਪਿਸਦੀ ਨਹੀਂ ਹੈਗੀ ਚੰਗੇ ਤਰੀਕੇ ਨਾਲ। ਸੋ ਤੁਸੀਂ ਵੀ ਥੋੜਾ ਜਿਹਾ ਪਾਣੀ ਪਾ ਸਕਦੇ ਹੋ। ਸੋ ਹੁਣ ਆਪਾਂ ਦਾਲ ਨੂੰ ਇੱਕ ਭਾਂਡੇ ਦੇ ਵਿੱਚ ਕੱਢ ਲਵਾਂਗੇ, ਵੱਡਾ ਬਰਤਨ ਲੈ ਲਵਾਂਗੇ ਤੇ ਇਹਦੇ ਵਿੱਚ ਦਾਲ ਜਿਹੜੀ ਆਪਾਂ ਕੱਢ ਲਵਾਂਗੇ। ਜਿੰਨੇ ਤੁਸੀਂ ਚਿੱਲੇ ਬਣਾਉਣੇ ਆ ਉਹਦੇ ਹਿਸਾਬ ਨਾਲ ਤੁਸੀਂ ਦਾਲ ਲੈ ਸਕਦੇ ਹੋ। ਸੋ ਮੈਂ ਥੋੜਾ ਜਿਹਾ ਮਿਕਸਚਰ ਜਿਹੜਾ ਮੈਂ ਬਚਾ ਲਿਆ ਆ। ਸੋ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ, ਬਿਲਕੁਲ ਇਸ ਤਰੀਕੇ ਦੀ ਕੰਸਿਸਟੈਂਸੀ ਸਾਨੂੰ ਚਾਹੀਦੀ ਆ। ਸੋ ਜੇ ਸਾਨੂੰ ਗਾੜਾ ਲੱਗਿਆ ਤਾਂ ਆਪਾਂ ਇਹਦੇ ਵਿੱਚ ਪਾਣੀ ਬਾਅਦ ਵਿੱਚ ਪਾ ਲਵਾਂਗੇ। ਫਿਲਹਾਲ ਇਹ ਬੈਟਰ ਜਿਹੜਾ ਬਿਲਕੁਲ ਪਰਫੈਕਟ ਆ, ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਬਾਕੀ ਦੀਆਂ ਸਬਜ਼ੀਆਂ। ਸੋ ਟਮਾਟਰ ਪਾ ਦਵਾਂਗੇ ਬਰੀਕ ਕੱਟਿਆ ਹੋਇਆ। ਇੱਥੇ ਮੈਂ ਬਿਲਕੁਲ ਬੇਸਿਕ ਸਬਜ਼ੀਆਂ ਲਈਆਂ ਆ, ਟਮਾਟਰ ਪਿਆਜ਼ ਸਾਰਿਆਂ ਦੇ ਘਰਾਂ ਦੇ ਵਿੱਚ ਅਵੇਲੇਬਲ ਹੁੰਦੇ ਆ, ਆਲੂ ਵੀ ਸਾਰਿਆਂ ਦੇ ਘਰਾਂ 'ਚ ਹੁੰਦੇ ਆ। ਸੋ ਇਸ ਲਈ ਮੈਂ ਇਹੀ ਸਬਜ਼ੀਆਂ ਇਸਤੇਮਾਲ ਕੀਤੀਆਂ ਆ। ਤੁਸੀਂ ਚਾਹੋ ਤਾਂ ਆਪਣੀ ਮਨਪਸੰਦ ਦੀਆਂ ਹੋਰ ਸਬਜ਼ੀਆਂ ਵੀ ਇੱਥੇ ਇਸਤੇਮਾਲ ਕਰ ਸਕਦੇ ਹੋ। ਜਿੰਨਾ ਜ਼ਿਆਦਾ ਹੈਲਦੀ ਤੁਸੀਂ ਇਸ ਨਾਸ਼ਤੇ ਨੂੰ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ। ਮੂੰਗ ਦਾਲ ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਜ਼ਿਆਦਾ ਹੈਲਦੀ ਆ, ਇਹਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਟੀਨ ਹੁੰਦਾ ਆ। ਸੋ ਇਹ ਜਿਹੜੇ ਆਲੂ ਆਪਾਂ ਕੱਦੂਕਸ ਕਰਕੇ ਰੱਖੇ ਸੀਗੇ, ਇਹਨਾਂ ਦਾ ਪਾਣੀ ਨਿਚੋੜ ਕੇ ਆਪਾਂ
ਇਹ ਵੀ ਮਿਕਸਚਰ ਦੇ ਵਿੱਚ ਪਾ ਦਵਾਂਗੇ। ਆਲੂ ਪਾਉਣ ਦੇ ਨਾਲ ਇਹ ਨਾਸ਼ਤਾ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਕੁਰਕੁਰਾ ਜਿਹਾ ਬਣ ਕੇ ਤਿਆਰ ਹੁੰਦਾ ਆ। ਸੋ ਸਾਰੇ ਆਲੂ ਜਿਹੜੇ ਆਪਾਂ ਇਹਦੇ ਵਿੱਚ ਪਾ ਦਵਾਂਗੇ। ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਬਰੀਕ ਕੱਟਿਆ ਹੋਇਆ ਅਦਰਕ, ਕੱਦੂਕਸ ਕੀਤਾ ਹੋਇਆ ਅਦਰਕ, ਤੁਸੀਂ ਚਾਹੋ ਤਾਂ ਇੱਥੇ ਲਸਣ ਵੀ ਪਾ ਸਕਦੇ ਹੋ। ਹਰੀ ਮਿਰਚ ਪਾ ਦਵਾਂਗੇ ਸਵਾਦ ਦੇ ਹਿਸਾਬ ਨਾਲ, ਨਮਕ ਪਾ ਦਵਾਂਗੇ ਸਵਾਦ ਦੇ ਹਿਸਾਬ ਨਾਲ, ਇੱਥੇ ਮੈਂ ਇੱਕ ਚਮਚ ਨਮਕ ਲਿਆ ਆ। ਕੜੀ ਪੱਤਾ ਪਾ ਦਵਾਂਗੇ, ਚਿੱਲੀ ਫਲੇਕਸ ਤੇ ਸੀਜ਼ਨਿੰਗ ਵੀ ਆਪਾਂ ਇਹਦੇ ਵਿੱਚ ਪਾ ਦਵਾਂਗੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਵਾਂਗੇ। ਫਰੈਂਡਸ, ਇਹ ਨਾਸ਼ਤਾ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਆ। ਇਹ ਨਾਸ਼ਤਾ ਤੁਸੀਂ ਸਵੇਰੇ ਬ੍ਰੇਕਫਾਸਟ ਦੇ ਵਿੱਚ ਖਾ ਸਕਦੇ ਹੋ, ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਅਤੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਆ। ਸੋ ਮਿਕਸਚਰ ਜਿਹੜਾ ਬਿਲਕੁਲ ਪਰਫੈਕਟ ਹੈ, ਐਸੇ ਤਰੀਕੇ ਦੀ ਇਹਦੀ ਕੰਸਿਸਟੈਂਸੀ ਹੋਣੀ ਚਾਹੀਦੀ ਆ। ਜਿੱਦਾਂ ਆਪਾਂ ਪਕੌੜਿਆਂ ਦਾ ਜਿਹੜਾ ਬੈਟਰ ਬਣਾਉਂਦੇ ਆ ਉਹ ਥੋੜ੍ਹਾ ਜਿਹਾ ਗਾੜਾ ਹੁੰਦਾ ਹੈ, ਉਹਦੇ ਨਾਲ ਹਲਕਾ ਜਿਹਾ ਪਤਲਾ ਜਿਹੜਾ ਬੈਟਰ ਸਾਨੂੰ ਚਾਹੀਦਾ ਆ। ਬੈਟਰ ਜਿਹੜਾ ਸਾਡਾ ਬਿਲਕੁਲ ਤਿਆਰ ਆ। ਸੋ ਫਟਾਫਟ ਚਲੋ ਆਪਾਂ ਹੁਣ ਚਿੱਲਾ ਬਣਾਉਣਾ ਸ਼ੁਰੂ ਕਰਦੇ ਹਾਂ। ਸੋ ਚਿੱਲਾ ਬਣਾਉਣ ਦੇ ਲਈ ਨੋਨ ਸਟਿਕ ਤਵਾ ਜਿਹੜਾ ਮੈਂ ਗਰਮ ਕਰ ਲਿਆ, ਇਹਦੇ ਉੱਪਰ ਆਪਾਂ ਥੋੜਾ ਜਿਹਾ ਆਇਲ ਜਿਹੜਾ ਬ੍ਰਸ਼ ਕਰ ਦਵਾਂਗੇ ਇਸ ਤਰੀਕੇ ਨਾਲ। ਬਿਲਕੁਲ ਥੋੜਾ ਜਿਹਾ ਹੀ ਆਇਲ ਆਪਾਂ ਲਗਾਵਾਂਗੇ, ਜ਼ਿਆਦਾ ਨਹੀਂ ਲਗਾਉਣਾ ਹੈਗਾ, ਬਿਲਕੁਲ ਆਪਸ਼ਨਲ ਆ। ਸੋ ਤੁਸੀਂ ਚਾਹੋ ਤਾਂ ਜੀਰੋ ਆਇਲ ਰੈਸਪੀ ਵੀ ਇਹ ਬਣਾ ਸਕਦੇ ਹੋ। ਸੋ ਹੁਣ ਆਪਾਂ ਇਹਦੇ ਉੱਪਰ ਜਿਹੜਾ ਆਪਾਂ ਬੈਟਰ ਬਣਾਇਆ ਸੀ ਇਸ ਤਰੀਕੇ ਨਾਲ, ਥੋੜਾ ਥੋੜਾ ਬੈਟਰ ਜਿਹੜਾ ਆਪਾਂ ਇਹਦੇ ਉੱਪਰ ਇਸ ਤਰੀਕੇ ਨਾਲ ਰੱਖ ਦਵਾਂਗੇ। ਸੋ ਦੇਖੋ ਚਿੱਲੇ ਨੂੰ ਜਿਹੜਾ ਮੈਂ ਤਵੇ ਦੇ ਉੱਪਰ ਚੰਗੇ ਤਰੀਕੇ ਦੇ ਨਾਲ ਫੁਲਾ ਲਿਆ ਹੈ। ਜ਼ਿਆਦਾ ਮੋਟਾ ਨਹੀਂ ਆਪਾਂ ਇਹਨੂੰ ਫੁਲਾਉਣਾ ਹੈਗਾ, ਨਾ ਹੀ ਜ਼ਿਆਦਾ ਮੋਟਾ ਅਤੇ ਨਾ ਹੀ ਜ਼ਿਆਦਾ ਪਤਲਾ ਫੁਲਾਵਾਂਗੇ ਆਪਾਂ। ਸੋ ਗੈਸ ਦੀ ਫਲੇਮ ਮੀਡੀਅਮ ਰੱਖਾਂਗੇ, ਮੀਡੀਅਮ ਫਲੇਮ 'ਤੇ ਆਪਾਂ ਚਿੱਲੇ ਨੂੰ ਥੋੜ੍ਹੀ ਦੇਰ ਸਿੱਕਣ ਲਈ ਛੱਡ ਦੇਵਾਂਗੇ ਤਾਂ ਕਿ ਚਿੱਲਾ ਜਿਹੜਾ ਅੰਦਰ ਤੱਕ ਚੰਗੇ ਤਰੀਕੇ ਦੇ ਨਾਲ ਸਿੱਕ ਸਕੇ। ਸੋ ਚਿੱਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਉੱਪਰੋਂ ਡਰਾਈ ਹੋ ਗਿਆ ਹੈ, ਇਹਦੇ ਉੱਪਰ ਆਪਾਂ ਹਲਕਾ ਹਲਕਾ ਜਿਹਾ ਆਇਲ ਜਿਹੜਾ ਬ੍ਰਸ਼ ਕਰ ਦੇਵਾਂਗੇ ਅਤੇ ਚਿੱਲੇ ਦੀ ਆਪਾਂ ਸਾਈਡ ਚੇਂਜ ਕਰ ਦੇਵਾਂਗੇ। ਦੇਖੋ ਕਿੰਨਾ ਜ਼ਿਆਦਾ ਵਧੀਆ ਕਲਰ ਆਇਆ, ਇੱਕਦਮ ਗੋਲਡਨ ਬਰਾਊਨ ਤੇ ਕ੍ਰਿਸਪ ਹੋ ਗਿਆ ਉੱਪਰੋਂ, ਤੁਸੀਂ ਸੁਣ ਸਕਦੇ ਹੋ ਆਵਾਜ਼। ਸੋ ਦੂਜੀ ਸਾਈਡ ਤੋਂ ਵੀ ਆਪਾਂ ਇਸੇ ਤਰੀਕੇ ਨਾਲ ਇੱਕਦਮ ਗੋਲਡਨ ਬਰਾਊਨ ਤੇ ਕ੍ਰਿਸਪ ਹੋਣ ਤੱਕ ਚਿੱਲੇ ਨੂੰ ਸੇਕ ਲਵਾਂਗੇ। ਤੇ ਦੇਖੋ ਚਿੱਲੇ ਨੂੰ ਦੂਜੀ ਸਾਈਡ ਤੋਂ ਸੇਕਦੇ ਹੋਏ ਵੀ ਕੁਝ ਟਾਈਮ ਹੋ ਗਿਆ, ਚੈੱਕ ਕਰ ਲੈਂਦੇ ਹਾਂ। ਦੇਖੋ ਕਿੰਨਾ ਜ਼ਿਆਦਾ ਵਧੀਆ ਕਲਰ ਆਇਆ, ਇੱਕਦਮ ਗੋਲਡਨ ਬਰਾਊਨ ਹੋ ਗਿਆ ਦੂਜੀ ਸਾਈਡ ਤੋਂ ਵੀ। ਸੋ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਚਿੱਲੇ ਜਿਹੜੇ ਸੇਕ ਕੇ ਤਿਆਰ ਕਰ ਲਵਾਂਗੇ। ਸਾਰੇ ਚਿੱਲੇ ਜਿਹੜੇ ਮੈਂ ਸੇਕ ਕੇ ਤਿਆਰ ਕਰ ਲਏ ਆ, ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਵਧੀਆ ਲੱਗਦੇ ਪਏ ਦੇਖਣ ਨੂੰ ਤੇ ਇੱਕਦਮ ਸੌਫਟ। ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਸੌਫਟ ਤੇ ਸਪੌਂਜੀ ਚਿੱਲੇ ਜਿਹੜੇ ਬਣ ਕੇ ਤਿਆਰ ਹੋਏ ਆ। ਸੋ ਹੁਣ ਆਪਾਂ ਗਰਮਾ ਗਰਮ ਜਿਹੜੇ ਮੂੰਗ ਦਾਲ ਦੇ ਚਿੱਲੇ ਇਹਨਾਂ ਨੂੰ ਸਰਵ ਕਰ ਲਵਾਂਗੇ। ਸੋ ਸਰਵ ਕਰਨ ਦੇ ਲਈ ਤੁਸੀਂ ਕੋਈ ਵੀ ਪਲੇਟ ਲੈ ਲੈਣੀ ਆ, ਮੈਂ ਚਿੱਲੇ ਜਿਹੜੇ ਇਹਨਾਂ ਨੂੰ ਸਰਵ ਕਰ ਲਵਾਂਗੇ। ਤੇ ਫਰੈਂਡਸ, ਤੁਸੀਂ ਦੇਖਿਆ ਕਿ ਮੂੰਗ ਦਾਲ ਦੇ ਚਿੱਲੇ ਬਣਾਉਣੇ ਕਿੰਨੇ ਜ਼ਿਆਦਾ ਆਸਾਨ ਆ ਤੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਆ, ਵੇਟ ਲੌਸ ਦੇ ਲਈ ਹੈਲਪ ਕਰਦੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਸੋ ਤੁਸੀਂ ਜ਼ਰੂਰ ਟਰਾਈ ਕਰਿਓ। ਸੋ ਇਹ ਚਿੱਲੇ ਤੁਸੀਂ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਦੇ ਸਕਦੇ ਹੋ ਜਾਂ ਤੁਸੀਂ ਆਪਣੇ ਬ੍ਰੇਕਫਾਸਟ ਦੇ ਵੀ ਬਣਾ ਸਕਦੇ ਹੋ, ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ। ਸੋ ਇਹ ਚਿੱਲੇ ਤੁਸੀਂ ਦਹੀਂ ਦੇ ਨਾਲ ਜਾਂ ਆਪਣੀ ਮਨਪਸੰਦ ਕਿਸੇ ਵੀ ਸੌਸ ਜਾਂ ਚਟਨੀ ਦੇ ਨਾਲ ਸਰਵ ਕਰ ਸਕਦੇ ਹੋ। ਸੋ ਫਰੈਂਡਸ, ਤੁਸੀਂ ਦੇਖਿਆ ਕਿ ਮੂੰਗ ਦਾਲ ਦੇ ਚਿੱਲੇ ਬਣਾਉਣੇ ਕਿੰਨੇ ਜ਼ਿਆਦਾ ਆਸਾਨ ਆ। ਸੋ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਮੂੰਗ ਦਾਲ ਦੇ ਹੈਲਦੀ ਤੇ ਟੇਸਟੀ ਚਿੱਲੇ ਬਣਾਇਓ ਤੇ ਖਾਇਓ। ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਮੂੰਗ ਦਾਲ ਦੇ ਚਿੱਲੇ ਦੀ ਰੈਸਪੀ ਕਿਹੋ ਜਿਹੀ ਲੱਗੀ। ਜੇਕਰ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ ਆਲ ਦੀ ਆਪਸ਼ਨ ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।